ਸਾਡੇ ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨ ਲਈ ਕਿਹਾ। ਮੈਂ ਛੋਟੀ ਜਿਹੀ ਗੱਲ ਕਹਿਣਾ ਚਾਹੁੰਦੀ ਵੀਰ ਜੀ, ਅੱਜ ਸਾਡੇ ਬੱਚੇ ਆਈਲੈਟਸ ਕਰਕੇ ਬਾਹਰ ਜਾਂਦੇ ਆ, ਜਿਹੜੀਆਂ ਮਾਤਾ ਇੱਥੇ 50-50 ਸਾਲ ਦੀਆਂ, ਉਹ ਆਪਦੇ ਖੇਤ ਵਿੱਚ ਪ੍ਰਸ਼ਾਦਾ ਲੈ ਕੇ ਨਹੀਂ ਜਾਂਦੀਆਂ। ਸਾਡੇ ਲੋਕ ਸ਼ਰਮ ਮੰਨਦੇ ਆ ਇਸ ਗੱਲ ਨੂੰ ਵੀ ਸਾਡੀਆਂ ਨੌਹਾਂ ਧੀਆਂ ਜਿਹੜੀਆਂ ਉਹ ਘਰੋਂ ਬਾਹਰ ਜਾਂਦੀਆਂ। ਮੇਰਾ ਇਹ ਸਵਾਲ ਆ, ਜਦੋਂ ਵਿਦੇਸ਼ਾਂ ਦੀ ਧਰਤੀ 'ਤੇ ਗੋਰਿਆਂ ਦੀ ਧਰਤੀ 'ਤੇ 50 ਸਾਲ ਦੀ ਮਾਤਾ ਬੇਰੀਆਂ ਤੋੜਦੀ ਫਿਰਦੀ ਆ ਗੋਰਿਆਂ ਦੇ ਖੇਤਾਂ ਵਿੱਚ, ਉਹ ਮਾਤਾ ਆਪਦੇ ਖੇਤ 'ਚ ਕੰਮ ਕਿਉਂ ਨਹੀਂ ਕਰ ਸਕਦੀ? ਜੇ ਸਾਡੀਆਂ ਨੌਹਾਂ ਧੀਆਂ ਗੋਰਿਆਂ ਦੇ ਸਟੋਰਾਂ ਉੱਤੇ ਕੰਮ ਕਰ ਸਕਦੀਆਂ, ਤਾਂ ਫਿਰ ਉਹ ਆਪਦੀ ਆਪਦੀ ਪੰਜਾਬ ਦੀ ਧਰਤੀ 'ਤੇ ਆਪਦੇ ਖੇਤਾਂ ਦੇ ਵਿੱਚ ਆਪਦੇ ਜੀਵਨ ਸਾਥੀ ਨਾਲ ਜਾਂ ਆਪਦੇ ਭੈਣ ਅਤੇ ਭਰਾ ਨਾਲ ਆਪਦੇ ਪਿਤਾ ਨਾਲ ਹੱਥ ਕਿਉਂ ਨਹੀਂ ਵਟਾ ਸਕਦੀਆਂ? ਮੇਰਾ ਸਵਾਲ ਆ ਇਹ। ਜੇ ਸਾਡੀਆਂ ਧੀਆਂ ਜਿਵੇਂ ਵਿਦੇਸ਼ਾਂ 'ਚ ਕੰਮ ਕਰਦੀਆਂ, ਮੋਢੇ ਨਾਲ ਮੋਢਾ ਲਾ ਕੇ ਆਪਦੇ ਜੀਵਨ ਸਾਥੀ ਨਾਲ, ਜਿਹੜੀਆਂ ਸਾਡੀਆਂ ਧੀਆਂ ਅਨਮੈਰਿਡ ਆ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਸਾਡੀਆਂ ਧੀਆਂ ਨੂੰ ਬਿਊਟੀ ਪਾਰਲਰ ਤੋਂ ਟਾਈਮ ਨਹੀਂ, ਜਿਹੜੀਆਂ ਕੁੜੀਆਂ ਨੇ ਘਰੇ ਪ੍ਰਸ਼ਾਦਾ ਨਹੀਂ ਵੇਲਿਆ ਹੁੰਦਾ, ਉਹ ਬਾਹਰ ਜਾ ਕੇ ਸਟੋਰਾਂ 'ਤੇ ਕੰਮ ਕਰਦੀਆਂ, ਨਾਈਟ ਸ਼ਿਫਟਾਂ ਲਾਉਂਦੀਆਂ। ਜੇ ਅਸੀਂ ਇੱਥੇ ਹੀ ਕੰਮ ਕਰੀਏ ਨਾ ਪੰਜਾਬ 'ਚ, ਅਸੀਂ ਭੁੱਖੇ ਨਹੀਂ ਮਰਦੇ ਵੀਰ ਜੀ। ਬਹੁਤ ਵੱਡਾ ਸਵਾਲ ਖੜਾ ਕੀਤਾ ਭੈਣ ਜੀ ਨੇ, ਅਤੇ ਵਾਕਈ ਇੱਕ ਵੱਡਾ ਸਵਾਲ ਆ। ਖੇਤੀ ਜਿਹੜੀ ਹੈਗੀ ਆ ਇੱਕ ਪਰਿਵਾਰਕ ਕਿੱਤਾ, ਜੇ ਇਹਦੇ ਵਿੱਚ ਪੂਰਾ ਪਰਿਵਾਰ ਇਨਵੋਲਵ ਆ ਤਾਂ ਖੇਤੀ ਜਿਹੜੀ ਹੈਗੀ ਆ ਅੱਜ ਵੀ ਉੱਤਮ ਹੈ, ਬਿਲਕੁਲ ਕੱਲ ਵੀ ਉੱਤਮ ਸੀ ਤੇ ਪਰਸੋਂ ਵੀ ਉੱਤਮ ਹੀ ਰਹਿਣੀ ਹੈ। ਬਿਲਕੁਲ ਜੀ, ਬਾਬੇ ਨਾਨਕ ਨੇ ਜੋ ਕਿਹਾ ਹੈਗਾ ਉਹ ਕੱਲ ਵੀ ਸੱਚ ਹੈ, ਅੱਜ ਵੀ ਸੱਚ ਹੈ, ਤੇ ਰਹਿੰਦੀ ਦੁਨੀਆ ਤੱਕ ਸੱਚ ਹੀ ਰਹਿਣਾ ਸ੍ਰਿਸ਼ਟੀ ਦੇ ਰਹਿਣ ਤੱਕ। ਤਾਂ ਖੇਤੀ ਇੱਕ ਪਰਿਵਾਰਕ ਕਿੱਤਾ, ਤੇ ਖੇਤੀ ਦੇ ਵਿੱਚ ਪਰਿਵਾਰ ਕਿਤੇ ਹੈ ਹੀ ਨਹੀਂ ਪੰਜਾਬ ਦੇ ਵਿੱਚ, ਸਾਰਾ ਪਰਿਵਾਰ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਕੋਲੂ ਦੇ ਬੈਲ ਵਾਂਗੂ ਜੋੜਿਆ ਹੁੰਦਾ, ਤੜਕੇ ਨਿਕਲ ਗਏ ਰਾਤ ਨੂੰ ਘਰੇ ਵੜੇ, ਹਫ਼ਤੇ ਬਾਅਦ ਮੀਆਂ ਬੀਬੀ ਦਾ ਇਕੱਠ ਇਕੱਠੇ ਹੋਣਾ ਉਹਨਾਂ ਨੇ, ਅਤੇ ਮਤਲਬ ਇੱਕ ਦੂਜੇ ਦੀ ਸ਼ਕਲ ਨਹੀਂ ਵੇਖ ਸਕਦੇ ਅਸੀਂ ਹਫ਼ਤਾ ਹਫ਼ਤਾ, ਅਤੇ ਉਹ ਜ਼ਿੰਦਗੀ ਤਾਂ ਸਾਨੂੰ ਮਨਜ਼ੂਰ ਹੈ। ਬਿਲਕੁਲ, ਕਿਉਂਕਿ ਆਖੇ ਜੀ ਉੱਥੇ ਸਾਨੂੰ ਪੈਸਾ ਮਿਲਦਾ ਇੰਨੀ ਮਿਹਨਤ ਕਰਕੇ, ਬਿਲਕੁਲ, ਅਤੇ ਜੇ ਇੰਨੀ ਉਦੋਂ ਅੱਧੀ ਮਿਹਨਤ ਇੱਥੇ ਕਰ ਲਓ ਤਾਂ ਉਦੋਂ ਅੱਧੇ ਪੈਸੇ ਤਾਂ ਇੱਥੇ ਵੀ ਮਿਲ ਜਾਣਗੇ, ਸਕੂਨ ਦੀ ਜ਼ਿੰਦਗੀ ਹੈ ਜੀ, ਅਤੇ ਨਾਲ ਸਕੂਨ ਦੀ ਜ਼ਿੰਦਗੀ। ਤਾਂ ਇਹ ਕੁਝ ਸਵਾਲ ਹੈਗੇ ਆ, ਇਹ ਸਵਾਲ ਖੜ੍ਹੇ ਕਰਨਾ ਕੋਈ ਵੀ ਕਰ ਲੈਂਦਾ, ਪਰ ਜਵਾਬ ਕੀ ਹੈ ਉਹਦੀ ਜਦੋਂ ਗੱਲ ਆਉਂਦੀ ਹੈ ਤਾਂ ਬਹੁਤੇ ਲੋਕ ਮੂੰਹ ਪੁਆ ਜਾਂਦੇ ਆ, ਹਾਂਜੀ, ਪਿੱਛਾ ਦੇ ਜਾਂਦੇ ਆ, ਪਿੱਠ ਦਿਖਾ ਜਾਂਦੇ ਆ। ਇੱਥੇ ਇਕੱਲੇ ਸਵਾਲ ਹੀ ਨਹੀਂ ਖੜ੍ਹੇ ਹੋ ਰਹੇ ਜਾਂ ਸਾਡੇ ਖੜ੍ਹੇ ਕੀਤੇ ਜਾ ਰਹੇ, ਇੱਥੇ ਕਰਨਾ ਕੀ ਹੈ ਉਹ ਵੀ ਕਰਕੇ ਦਿਖਾਇਆ ਜਾ ਰਿਹਾ, ਦੱਸ ਦਿੱਤਾ ਗਿਆ ਕਿ ਆਹ ਰਾਹ ਹੈਗਾ ਬਾਬੇ ਨਾਨਕ ਦੀ ਖੇਤੀ ਵਾਲਾ ਰਾਹ। ਇਸ ਪਰਿਵਾਰ ਨੇ ਆਪਣੀ 19-20 ਏਕੜ ਜਿਹੜੀ ਜ਼ਮੀਨ ਆ ਆਪਣੇ ਹਿੱਸੇ ਦੀ, ਉਹ ਸਾਰੀ ਬਾਬੇ ਨਾਨਕ ਦੇ ਲੇਖੇ ਕੁਦਰਤੀ ਖੇਤੀ ਨੂੰ ਸੌਂਪ ਦਿੱਤੀ ਹੈ। ਸਿਰਫ ਸਵਾਲ ਨਹੀਂ ਖੜੇ ਕੀਤੇ, ਗੱਲਾਂ ਹੀ ਨਹੀਂ ਕੀਤੀਆਂ, ਕਰਮੀ ਉਹ ਚੀਜ਼ ਆਪਣੀ ਜ਼ਮੀਨ ਦੇ ਉੱਤੇ ਉਤਾਰ ਦਿੱਤੀ ਹੈ, ਉਹਦੇ 'ਤੇ ਅਮਲ ਕੀਤਾ। ਅਤੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਅੱਜ ਦੇ ਟਾਈਮ 'ਚ ਅਜਿਹੇ ਪਰਿਵਾਰਾਂ ਦੀ, ਅਜਿਹੀ ਸੋਚ ਵਾਲੀਆਂ ਬੀਬੀਆਂ ਭੈਣਾਂ ਅਤੇ ਭਰਾਵਾਂ ਦੀ ਹੀ ਲੋੜ ਹੈ ਜਿਹੜੇ ਪੰਜਾਬ ਦਾ ਬੇੜਾ ਤਾਰ ਸਕਦੇ ਆ, ਨਹੀਂ ਤਾਂ ਡੋਬਣ ਵਾਲੇ ਤਾਂ ਡੋਬ ਡੋਬ ਕੇ ਜਹਾਜ਼ ਚੜ੍ਹੀ ਜਾਂਦੇ ਆ। ਠੀਕ ਹੈ ਜੀ, ਸਰਕਾਰਾਂ ਚੜ੍ਹਾਈ ਜਾਂਦੀਆਂ। ਸੋ ਜਿੱਥੇ ਇਹਨਾਂ ਨੇ ਇੱਕ ਸਵਾਲ ਗੱਲ ਕੀਤੀ ਸੀ ਕਿ ਹਰ ਮਨੁੱਖ ਜ਼ਿੰਮੇਦਾਰ ਆ, ਅਤੇ ਜਦੋਂ ਇਹਨਾਂ ਨੇ ਕਿਹਾ ਸੀ ਹਰ ਮਨੁੱਖ ਜ਼ਿੰਮੇਦਾਰ ਆ ਤਾਂ ਉਹਦੇ ਵਿੱਚ ਉਹ ਸਾਰੇ ਆਉਂਦੇ ਆ, ਜਿਹਦੇ ਵਿੱਚ ਅਸੀਂ ਵੀ ਹਾਂ ਅਤੇ ਸਰਕਾਰਾਂ 'ਚ ਵੀ ਜਿਹੜੇ ਬੈਠੇ ਆ ਉਹ ਵੀ ਆ, ਉਹਦੇ ਵਿੱਚ ਕਾਰਖਾਨੇਦਾਰ ਵੀ ਆਉਂਦਾ ਅਤੇ ਉਹਦੇ ਵਿੱਚ ਕਿਸਾਨ ਵੀ ਆਉਂਦਾ। ਹਰ ਮਨੁੱਖ ਦਾ ਮਤਲਬ ਆ ਹਰ ਮਨੁੱਖ। ਸੋ ਦੋਸਤੋ ਇਹ ਸੁਨੇਹਾ, ਇੱਕ ਸੁਨੇਹਾ ਬਸ ਮੇਰਾ ਇੰਨਾ ਕੁ ਛੋਟਾ ਜਿਹਾ ਵੀ ਹੱਥੀ ਕਿਰਤ ਕਰਨ ਲੱਗਿਆਂ ਕਦੇ ਸ਼ਰਮ ਨਾ ਕਰਿਓ, ਚਾਹੇ ਉਹ ਆਪਦੇ ਖੇਤ ਦਾ ਕੰਮ ਆ, ਚਾਹੇ ਉਹ ਆਪਦੇ ਘਰ ਦਾ ਕੰਮ ਆ। ਬਸ ਇੰਨਾ ਕੁ ਸੋਚੋ ਵੀ ਜੇ ਅਸੀਂ ਵਿਦੇਸ਼ਾਂ ਦੀ ਧਰਤੀ 'ਤੇ ਬੈਠ ਕੇ ਹੋਟਲਾਂ 'ਚ ਜਾ ਕੇ ਭਾਂਡੇ ਮਾਂਜ ਸਕਦੇ ਹਾਂ,
ਦੂਜਿਆਂ ਦੇ ਰੈਸਟੋਰੈਂਟ ਵਿੱਚ ਖਾਣਾ ਵਰਤਾ ਸਕਦੇ ਹਾਂ ਅਸੀਂ ਹਾਇਰ ਐਜੂਕੇਸ਼ਨ ਲੈ ਕੇ, ਤਾਂ ਅਸੀਂ ਆਪਣੇ ਘਰ ਦੇ ਵਿੱਚ ਕੰਮ ਹੱਥੀਂ ਕਰ ਸਕਦੇ ਹਾਂ। ਬਸ ਮੇਰਾ ਇਹੀ ਸੁਨੇਹਾ ਵੀ ਜੋ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਅੱਖੋਂ ਓਹਲੇ ਇੱਥੋਂ ਕਰਦੇ ਹਾਂ ਅਤੇ ਇੱਥੇ ਆ ਕੇ ਆਪਾਂ ਦਿਖਾਉਂਦੇ, ਅੱਗੇ ਲੋਕ ਕਹਿੰਦੇ ਹੁੰਦੇ, ਇੱਕੋ ਪਿੱਛੇ ਜੇ ਮੈਂ ਵੀਡੀਓ ਵੇਖੀ ਆ ਬਿਹਾਰ ਦੇ ਵਿੱਚ ਜਾ ਕੇ ਆਪਣੇ ਗੁਰਸਿੱਖ ਵੀਰ ਜੀ ਨੇ, ਉਹ ਇੱਕ ਚੈਨਲ ਵਾਲੇ, ਉਹ ਪੁੱਛਦੇ ਆ ਗੁੜੀਆ ਨੂੰ ਅਤੇ ਗੁੜੀਆ ਕਹਿੰਦੀ ਪੰਜਾਬ ਦੇ ਲੋਕ ਤਾਂ ਕੈਨੇਡਾ ਜਾਂਦੇ ਆ ਅਤੇ ਅਸੀਂ ਪੰਜਾਬ ਨੂੰ ਹੀ ਕੈਨੇਡਾ ਸਮਝਦੇ ਹਾਂ, ਸਾਡੇ ਲਈ ਪੰਜਾਬ ਕੈਨੇਡਾ ਬਿਹਾਰ ਦੇ, ਗੁੜੀਆ ਛੋਟੀ ਜੀ ਕਹਿ ਰਹੀ ਆ, ਅਤੇ ਫਿਰ ਜੇ ਉਹਨਾਂ ਲਈ ਸਾਡਾ ਪੰਜਾਬ ਕੈਨੇਡਾ ਫਿਰ ਸਾਡੇ ਲਈ ਇਹ ਕੈਨੇਡਾ ਨਹੀਂ ਹੋ ਸਕਦਾ ਗਾ। ਅਤੇ ਅਸੀਂ ਹੱਥੀਂ ਕਿਰਤ ਕਰੀਏ, ਅਤੇ ਮੇਰੀ ਭੈਣਾਂ ਨੂੰ ਵੀ ਇਹੀ ਬੇਨਤੀ ਆ ਵੀ ਅਸੀਂ ਹਰ ਕੰਮ ਆਪਣੇ ਘਰ ਦਾ ਕਰਨ ਲੱਗੇ ਸ਼ਰਮ ਮਹਿਸੂਸ ਨਾ ਕਰਿਆ ਕਰੀਏ, ਜਿੰਨਾ ਕੁ ਗੁਰੂ ਸਾਹਿਬ ਨੇ ਸਾਨੂੰ ਬਲ ਬਖਸ਼ਿਆ ਅਤੇ ਅਸੀਂ ਆਪਦੇ ਜੀਵਨ ਸਾਥੀ ਦਾ, ਆਪਣੇ ਮਾਤਾ ਪਿਤਾ ਦਾ, ਆਪਦੇ ਭਰਾਵਾਂ ਦਾ ਸਾਥ ਦੇ ਕੇ ਖੇਤੀ ਵਿੱਚ ਅਸੀਂ ਇਸ ਕਿੱਤੇ ਨੂੰ ਅੱਗੇ ਲਿਜਾ ਸਕਦੇ। ਸੋ ਇਸੇ ਸੁਨੇਹੇ ਨਾਲ ਕਿ ਕੰਮ ਤੋਂ ਜੀ ਨਹੀਂ ਚੁਰਾਉਣਾ ਅਤੇ ਜੀਵਨ ਬਾਬੇ ਨਾਨਕ ਦੇ ਲੇਖੇ ਲਾਉਣਾ, ਅੱਜ ਆਗਿਆ ਲੈਂਦੇ ਹਾਂ। ਆਸ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਵੀਡੀਓ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਓ, ਸ਼ੇਅਰ ਕਰਿਓ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈੱਲ ਆਈਕੋਨ 'ਤੇ ਕਰ ਦਿਓ ਕਲਿੱਕ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।